ਆਓ ਫਿਰ ਤੁਹਾਨੂੰ ਸਬਜ਼ੀਆਂ ਦੇ ਰੇਟ ਚੈੱਕ ਕਰਾਉਂਦੇ ਹਾਂ ਕਿ ਇੱਥੇ ਕਿੰਜ ਦੇ ਹੁਣ ਪਾਕਿਸਤਾਨ ਦੇ ਨਾਲ ਤੁਸੀਂ ਆਪੇ ਹੀ ਇਸ ਨੂੰ ਕੰਪੈਰੀਜ਼ਨ ਕਰ ਲੈਣਾ। ਇਹ ਹੈ 6.95 ਦਿਰਮ ਦਾ ਕਿਲੋ ਜੇ ਖੀਰਿਆਂ ਦਾ। ਇਹ ਅਗਰ ਲਾਈਏ ਅਸੀਂ ਇਹ ਗਾਜਰ ਹੈ ਤਕਰੀਬਨ ਕੋਈ 3 ਰੁਪਏ 3 ਦਿਰਮ ਦਾ 1 ਕਿਲੋ ਜੇ, ਅਤੇ ਅੱਗੇ ਮੂਲੀ ਦੇਖ ਲਓ ਤਕਰੀਬਨ ਕੋਈ 5 ਦਿਰਮ ਦਾ 1 ਕਿਲੋ ਜੇ। ਦਿਰਮ ਦਾ ਅਗਰ ਰੇਟ ਲਾਈਏ ਅਸੀਂ ਤਾਂ ਦਿਰਮ ਦਾ ਰੇਟ ਕੋਈ ਬਣਦਾ 75 ਰੁਪਏ ਦੇ ਕਰੀਬ। ਇੱਥੋਂ ਤੁਸੀਂ ਲਾ ਲਓ ਹਿਸਾਬ, ਵਿਕਣੀਆਂ ਇੱਥੇ ਮਹਿੰਗੀਆਂ ਸਬਜ਼ੀਆਂ ਨੇ ਪਾਕਿਸਤਾਨ ਦੇ ਰਸਮ। ਕਿਲੋ ਦਾ ਜੇ ਕੋਈ 8 ਦਿਰਮ ਦੇ ਕਰੀਬ ਜੀ। ਬਿਸਕਟ ਦੇਖਦੇ ਹਾਂ, ਇਹ ਜੇ 35 ਰੁਪਏ ਕਿਲੋ ਜੇ ਬਿਸਕਟ, 35 ਰੁਪਏ ਮਤਲਬ 35 ਦਿਰਮ ਦਾ 1 ਕਿਲੋ ਜੀ। ਥੋੜ੍ਹੇ ਦੇਖਦੇ ਹਾਂ ਬਾਕੀ ਫਰੂਟ, ਅਜੇ ਦੇਖਦੇ ਹਾਂ। ਆ ਗਿਆ ਜੀ ਅੰਬ, ਆ ਗਿਆ ਜੀ ਇੱਥੇ 17 ਦਿਰਮ ਦਾ ਹੈ ਜੀ 1 ਕਿਲੋ ਅੰਬ। ਸੇਬ ਦੇਖ ਲਓ ਜੀ, ਇਹ ਜੇ ਤਕਰੀਬਨ ਕੋਈ 11 ਦਿਰਮ ਦਾ ਹੈ ਸੇਬ ਕਿਲੋ। ਦੇਖੀਏ ਕੋਈ ਹੋਰ ਫਿਰ ਨਾਲ ਬਾਕੀ ਕੋਈ ਚੀਜ਼ਾਂ। ਚਲੋ ਆਓ ਫਿਰ ਮਿਠਾਈ ਦੇ ਚਸਕੇ ਲੈਂਦੇ। ਮੈਂ ਇਸ ਟਾਈਮ ਅਜਮਾਨ ਦੇ ਸ਼ਾਪਿੰਗ ਮਾਲ ਦੇ ਅੰਦਰ ਹਾਂ। ਇੱਥੋਂ ਦੇ ਰੇਟਸ ਤੁਹਾਨੂੰ ਦੇਖੋ, UAE ਦੇ ਆਲਮੋਸਟ ਇੱਕ ਹੀ ਰੇਟ ਹਨ ਪੂਰੇ ਦੇ, ਜਿਤਨੀਆਂ ਵੀ ਇੱਥੋਂ ਦੇ 6 ਸਟੇਟਸ ਜੀ। ਬਿਲੀਓ ਮੈਂ ਇਸ ਟਾਈਮ ਪਹੁੰਚਿਆ ਮੈਂ ਦੁਬਈ ਮਾਲ, ਔਰ ਰਿਵਿਊਜ਼ ਤੁਸੀਂ ਦੇਖ ਰਹੇ ਹੋ ਦੁਬਈ ਮਾਲ ਦੇ। ਦੁਬਈ ਮਾਲ ਦੁਨੀਆ ਦੇ ਵੱਡੇ ਮਾਲਸ ਦੇ ਵਿੱਚੋਂ ਇੱਕ ਮਾਲ ਹੈ, ਔਰ ਇੱਥੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੁਨੀਆ ਦੇ ਹਰ ਕੰਟਰੀ ਤੋਂ ਲੋਕ ਇੱਥੇ ਤੁਹਾਨੂੰ ਬੈਠੇ ਮਿਲਣਗੇ। ਸੋ ਟੂਰਿਸਟ ਦਾ ਇੱਕ ਹੱਬ ਹੈ ਦੁਬਈ, ਔਰ ਦੁਬਈ ਦੇ ਅੰਦਰ ਅਸੀਂ ਦੇਖੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੁਬਈ ਮਾਲ ਲਾਜ਼ਮੀ ਵਿਜ਼ਿਟ ਕਰਦੇ। ਦੁਨੀਆ ਹੀ ਦੁਨੀਆ, ਪਤਾ ਨਹੀਂ ਦੁਨੀਆ ਦੇ ਕਿਹੜੇ ਕਿਹੜੇ ਕੰਟਰੀਜ਼ ਤੋਂ ਲੋਕ ਇੱਥੇ ਤੁਹਾਨੂੰ ਮਿਲਦੇ ਆ।
ਟੂਰਿਸਟ ਗਰੁੱਪ ਔਰ ਉਹਨਾਂ ਦੇ ਟੂਰਿਸਟ ਗਾਈਡ ਨਾਲ ਉਹਨੂੰ ਗਾਈਡ ਕਰ ਰਹੇ ਨਾਲ। ਲਓ ਜੀ ਕੁਛ ਪੈਸੇ ਪੂਸੇ ਵੀ ਲੈ ਲਓ ਜੀ ਖਰਚੇ ਪਾਣੀ ਦੇ। ਆ ਜਾਓ ਉਸ ਸਾਈਡ ਤੋਂ ਅੰਦਰ ਆਦੇ, ਉਸ ਸਾਈਡ ਤੋਂ ਅੰਦਰ ਜਾਂਦੇ। ਜੀ ਦੇਖਦੇ ਹਾਂ ਦੁਬਈ ਦਾ ਦਿਲ, ਔਰ ਇਹ ਹੈ ਸਾਡੇ ਸਾਹਮਣੇ ਪਿੱਛੇ ਇਸ ਦੇ ਬੁਰਜ ਖਲੀਫਾ ਔਰ ਬਾਕੀ ਸਾਰੀ ਬਿਲਡਿੰਗਸ।